ਅੱਜ ਕੱਲ੍ਹ ਹਰ ਇੱਕ ਕੰਮ ਲਈ ਸਮਾਰਟਫੋਨ ਦੀ ਵਰਤੋਂ ਹੋਣ ਲੱਗ ਗਈ ਹੈ, ਪਰ ਆਨਲਾਈਨ ਕੰਮਾਂ ਲਈ ਫੋਨ ਵਿੱਚ ਨੈੱਟਵਰਕ ਹੋਣਾ ਵੀ ਲਾਜ਼ਮੀ ਹੈ ਅਤੇ ਇਸ ਦੇ ਨਾ ਹੋਣ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਟੈਲੀਕਾਮ ਕੰਪਨੀਆਂ ਦੀ ਇਹ ਸੇਵਾ ਘੰਟਿਆਂ ਬੱਧੀ ਠੱਪ ਰਹਿੰਦੀ ਹੈ, ਇਸ ਦਾ ਖਮਿਆਜ਼ਾ ਗਾਹਕਾਂ ਨੂੰ ਭੁਗਤਣਾ ਪੈਂਦਾ ਹੈ। ਸੇਵਾ ਭਾਵੇਂ ਕਿੰਨੀ ਵੀ ਘੰਟੇ ਪ੍ਰਭਾਵਿਤ ਹੋਵੇ, ਇਸ ਨਾਲ ਉਪਭੋਗਤਾਵਾਂ ਨੂੰ ਹੀ ਨੁਕਸਾਨ ਹੁੰਦਾ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਟਰਾਈ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਵੇਂ ਸੇਵਾ ਗੁਣਵੱਤਾ ਸਟੈਂਡਰਡ ਨਿਯਮਾਂ ਤਹਿਤ ਟੈਲੀਕਾਮ ਓਪਰੇਟਰਾਂ ਨੂੰ 24 ਘੰਟਿਆਂ ਤੋਂ ਵੱਧ ਸੇਵਾ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਗਾਹਕਾਂ ਨੂੰ ਮੁਆਵਜ਼ਾ ਦੇਣਾ ਹੋਵੇਗਾ। ਟਰਾਈ ਦੇ ਨਵੇਂ ਨਿਯਮ 6 ਮਹੀਨਿਆਂ ਬਾਅਦ ਲਾਗੂ ਹੋਣਗੇ। ਨਵੇਂ ਨਿਯਮ ਤਹਿਤ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਨੇ ਹਰੇਕ ਗੁਣਵੱਤਾ ਦੇ ਮਿਆਰ ਨੂੰ ਪੂਰਾ ਨਾ ਕਰਨ 'ਤੇ ਜੁਰਮਾਨਾ 50,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰ ਦਿੱਤਾ ਹੈ। ਜੇਕਰ ਨਿਯਮਾਂ 'ਚ ਕੋਈ ਢਿੱਲ ਪਾਈ ਜਾਂਦੀ ਹੈ ਤਾਂ ਟੈਲੀਕਾਮ ਓਪਰੇਟਰ ਨੂੰ ਇਹ ਜੁਰਮਾਨਾ ਭਰਨਾ ਪੈ ਸਕਦਾ ਹੈ। ਸੰਸ਼ੋਧਿਤ ਨਿਯਮਾਂ ਦੇ ਤਹਿਤ ਨਿਯਮਾਂ ਦੀ ਉਲੰਘਣਾ ਦੇ ਵੱਖ-ਵੱਖ ਪੈਮਾਨਿਆਂ ਲਈ 1,00,000 ਰੁਪਏ, 2,00,000 ਰੁਪਏ, 5,00,000 ਰੁਪਏ ਅਤੇ 10,00,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੇਵਾ ਦੀ ਗੁਣਵੱਤਾ ਦੇ ਮਿਆਰ ਅਤੇ ਬ੍ਰੌਡਬੈਂਡ ਅਤੇ ਵਾਇਰਲੈਸ ਸੇਵਾਵਾਂ ਦੇ ਨਿਯਮਾਂ 2024 ਸ਼੍ਰੇਣੀ ਦੇ ਅਨੁਸਾਰ ਨਵਾਂ ਸਿਸਟਮ ਸ਼ੁਰੂ ਕੀਤਾ ਹੈ। 3 ਵੱਖਰੇ ਨਿਯਮ ਬੁਨਿਆਦੀ ਅਤੇ ਸੈਲੂਲਰ ਮੋਬਾਈਲ ਸੇਵਾਵਾਂ, ਬ੍ਰੌਡਬੈਂਡ ਸੇਵਾਵਾਂ ਅਤੇ ਬ੍ਰੌਡਬੈਂਡ ਵਾਇਰਲੈਸ ਸੇਵਾਵਾਂ ਲਈ ਸੇਵਾ ਦੀ ਗੁਣਵੱਤਾ ਨੂੰ ਨਿਯੰਤ੍ਰਿਤ ਕਰਦੇ ਨੇ। ਨਵੇਂ ਨਿਯਮ ਅਨੁਸਾਰ ਕਿਸੇ ਜ਼ਿਲ੍ਹੇ ਵਿੱਚ ਨੈੱਟਵਰਕ ਆਊਟੇਜ ਦੀ ਸਥਿਤੀ ਵਿੱਚ ਟੈਲੀਕਾਮ ਓਪਰੇਟਰਾਂ ਨੂੰ ਪੋਸਟਪੇਡ ਗਾਹਕਾਂ ਲਈ ਕਿਰਾਏ ਵਿੱਚ ਰਿਆਇਤਾਂ ਪ੍ਰਦਾਨ ਕਰਨੀਆਂ ਪੈਣਗੀਆਂ ਅਤੇ ਪ੍ਰੀਪੇਡ ਗਾਹਕਾਂ ਲਈ ਕੁਨੈਕਸ਼ਨ ਦੀ ਵੈਲਿਡਿਟੀ ਨੂੰ ਵਧਾਉਣਾ ਹੋਵੇਗਾ। ਟਰਾਈ ਨੇ ਕਿਹਾ ਹੈ ਕਿ ਜੇਕਰ ਕੋਈ ਨਾਜ਼ੁਕ ਨੈੱਟਵਰਕ ਆਊਟੇਜ 24 ਘੰਟੇ ਤੋਂ ਵੱਧ ਸਮੇਂ ਲਈ ਜਾਰੀ ਰਹਿੰਦਾ ਹੈ ਤਾਂ ਸੇਵਾ ਓਪਰੇਟਰ ਪ੍ਰਭਾਵਿਤ ਜ਼ਿਲ੍ਹੇ ਵਿੱਚ ਰਜਿਸਟਰਡ ਪੋਸਟਪੇਡ ਗਾਹਕਾਂ ਨੂੰ ਅਗਲੇ ਬਿਲਿੰਗ ਚੱਕਰ ਵਿੱਚ ਸੇਵਾ ਦੇ ਅਸਲ ਦਿਨਾਂ ਲਈ ਸਬਸਕ੍ਰਾਈਬਡ ਟੈਰਿਫ ਪੇਸ਼ਕਸ਼ ਦੇ ਅਨੁਸਾਰ ਅਨੁਪਾਤਕ ਕਿਰਾਏ ਦੀ ਛੂਟ ਪ੍ਰਦਾਨ ਕਰੇਗਾ। ਰੈਗੂਲੇਟਰ ਕਿਰਾਇਆ ਛੂਟ ਜਾਂ ਵੈਲਿਡਿਟੀ ਦੇ ਵਿਸਥਾਰ ਦੀ ਗਣਨਾ ਕਰਨ ਲਈ 1 ਕੈਲੰਡਰ ਦਿਨ ਵਿੱਚ 12 ਘੰਟਿਆਂ ਤੋਂ ਵੱਧ ਦੀ ਨੈੱਟਵਰਕ ਆਊਟੇਜ ਦੀ ਮਿਆਦ ਨੂੰ ਪੂਰੇ ਦਿਨ ਵਜੋਂ ਗਿਣੇਗਾ। ਟੈਲੀਕਾਮ ਓਪਰੇਟਰਾਂ ਨੂੰ ਸੇਵਾ ਠੀਕ ਕਰਨ ਲਈ 1 ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ।